ਠੀਕ ਹੈ। ਮੈਂ ਪਹਿਲਾਂ ਵੀ ਮੈਂ ਇੱਕ ਵਾਰ ਇੱਥੇ ਆ ਕੇ ਗਿਆ ਸੀਗਾ ਅਤੇ ਮੈਂ ਜਲੰਧਰ ਵਾਸੀ ਥੋੜ੍ਹੀ ਜਿਹੀ ਇੱਕ ਦੇਖਣਾ ਹੈ ਕਹਿੰਦੇ ਉਹ ਦੁਬਾਰਾ ਯਾਦ ਕਰਾਉਣਾ ਇਹ ਇਸ ਵਾਰ ਛੋਟੇ ਭਰਾ ਨੂੰ ਕਿੰਨੀਆਂ ਵੋਟਾਂ ਨੂੰ ਪਤਾ ਅਤੇ ਮੈਂ ਹਰੇਕ ਕਸ਼ਮੀਰ ਨੂੰ ਜਾ ਕੇ ਅਪੀਲ ਕਰਾਂਗਾ। ਕੀ ਲੱਗਦਾ ਪੰਜਾਬ 'ਚ ਸਰ ਕਿਵੇਂ ਦੀ ਸਥਿਤੀ ਰਹੇਗੀ ਕਾਂਗਰਸ ਦੀ, ਕਿਉਂਕਿ ਇੱਕ ਪਾਸੇ ਆਮ ਆਦਮੀ ਵੀ ਹੈ ਅਤੇ ਦੂਸਰੇ ਪਾਸੇ ਕਾਂਗਰਸ ਹੈ ਅਤੇ ਅਕਾਲੀ ਦਲ ਵੀ ਇਸ ਵਾਰ ਵੱਖ ਲੜ ਰਹੇ ਹੈ ਅਤੇ ਬੀਜੇਪੀ ਵੀ ਵੱਖ ਲੜ ਰਹੀ ਹੈ। ਕਿਉਂਕਿ ਅਸੀਂ ਸਾਰੀਆਂ ਸੀਟਾਂ ਜਿੱਤਾਂਗੇ ਕੋਈ ਗੱਲ ਨਹੀਂ, ਪੂਰੇ ਆਸ ਵੱਲ ਬਹੁਤ ਵਧੀਆ ਲੋਕਾਂ ਨੂੰ ਲੜ ਰਹੇ ਮੈਂ ਜਿੰਨੀਆਂ ਵੀ ਸੀਟਾਂ ਦੇ ਜਿੰਨੇ ਹਰ ਇੱਕ ਜਗ੍ਹਾ 'ਤੇ ਵਧੀਆ। ਜੇ ਗੱਲ ਕੀਤੀ ਜਾਵੇ ਕਿ ਇੱਕ ਪਾਸੇ ਤੁਸੀਂ ਇਲਜ਼ਾਮ ਲਗਾ ਰਹੇ ਹੋ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਿ ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਵਿੱਚ ਆਮ ਆਦਮੀ ਪਾਰਟੀ ਨਹੀਂ ਕਰਵਾਇਆ ਸੀ, ਪਰ ਅਗਰ ਗੱਲ ਇੰਡੀਆ ਗਠਬੰਧਨ ਦੀ ਕੀਤੀ ਜਾਵੇ ਤਾਂ ਉੱਥੇ ਤਾਂ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਇੱਕ ਨਜ਼ਰ ਆ ਰਹੀ ਹੈ। ਮੇਰੀ ਇਲਜ਼ਾਮ ਲਾਉਣ ਦੀ ਕਿੱਥੋਂ ਮਤਲਬ ਗੁਜਾਇਸ਼ ਰਹੇਗੀ? ਸਰਕਾਰ ਤਾਂ ਖੁਦ ਸੁਪਰੀਮ ਕੋਰਟ 'ਚ ਖੁਦ ਮੰਨੀ ਜਾਂਦੀ ਹੈ ਵੀ ਅਸੀਂ ਸਕਿਉਰਟੀ ਵਿਦਡਰਾ ਕੀਤੀ ਤਾਂ ਸਿੱਧੂ ਮੂਸੇਵਾਲਾ ਮਾਰਿਆ ਗਿਆ। ਮੇਰੇ ਤਾਂ ਕਹਿਣ ਦੀ ਗੱਲ ਹੀ ਨਾ ਰਹੀ, ਹੁਣ ਤਾਂ ਸਰਕਾਰ ਨੇ ਖੁਦ ਹੀ ਉਹਨਾਂ ਦੇ AG ਨੇ ਜਾ ਕੇ ਸੁਪਰੀਮ ਕੋਰਟ 'ਚ ਹਲਫਨਾਮਾ ਹੀ ਦਿੱਤਾ, ਇਹ ਤਾਂ ਗੱਲ ਹੀ ਕਲੀਅਰ ਹੋ ਗਈ। ਬਸ ਕੀ ਲੱਗਦਾ ਕਿ ਇਸ ਵਕਤ ਐਕਸ਼ਨ ਕਿਉਂ ਨਹੀਂ ਹੋ ਪਾ ਰਿਹਾ? ਦੇਖੋ ਸਰਕਾਰ ਦੇ ਵੱਲੋਂ ਨਲਾਇਕੀ ਕੈਸੇ ਲੈਣੇ, ਦੋ ਸਾਲ ਹੋ ਗਏ ਹਾਲੇ ਤੱਕ ਚਾਰਜ ਫਰੇਮ ਨਹੀਂ ਹੋਇਆ, ਦਰ ਦਰ ਦੇ ਭਟਕਦੇ ਫਿਰਦੇ। ਇੱਕ ਹਥਿਆਰਾ ਜੇਲ੍ਹ 'ਚ ਹੈ, ਇੱਕ ਵਿਦੇਸ਼ ਦੇ ਵਿੱਚ ਹੈ, ਏਜੰਸੀਆਂ ਜ਼ਰੂਰ ਲੱਗੀਆਂ ਹੋਈਆਂ ਨੇ ਸਾਰੇ ਹੀ ਵੀਰ, ਜਿਹੜੇ ਬੰਦੇ ਡਾਊਟਫੁੱਲ ਵੀ ਹੈ ਜਿਹੜਿਆਂ ਨੂੰ ਮੈਂ ਨਾਮਜ਼ਦ ਕੀਤਾ ਚਾਰ ਪੰਜ ਬੰਦੇ, ਸਾਰੇ ਪਕੌੜੇ ਖਾ ਕੇ ਮਿਲ ਜਾਂਦੇ ਪੁਲਿਸ ਕੋਲ ਆ ਕੇ, ਕਿਸੇ ਨੂੰ ਪੁੱਛਦੇ ਨਹੀਂ। ਥੈਂਕ ਯੂ। ਠੀਕ ਹੈ। ਮੈਂ ਪਹਿਲਾਂ ਵੀ ਮੈਂ ਇੱਕ ਵਾਰ ਇੱਥੇ ਆ ਕੇ ਗਿਆ ਸੀਗਾ ਅਤੇ ਮੈਂ ਜਲੰਧਰ ਵਾਸੀ ਥੋੜ੍ਹੀ ਜਿਹੀ ਇੱਕ ਦੇਖਣਾ ਹੈ ਕਹਿੰਦੇ ਉਹ ਦੁਬਾਰਾ ਯਾਦ ਕਰਾਉਣਾ ਇਹ ਇਸ ਵਾਰ ਛੋਟੇ ਭਰਾ ਨੂੰ ਕਿੰਨੀਆਂ ਵੋਟਾਂ ਨੂੰ ਪਤਾ ਅਤੇ ਮੈਂ ਹਰੇਕ ਕਸ਼ਮੀਰ ਨੂੰ ਜਾ ਕੇ ਅਪੀਲ ਕਰਾਂਗਾ। ਕੀ ਲੱਗਦਾ ਪੰਜਾਬ 'ਚ ਸਰ ਕਿਵੇਂ ਦੀ ਸਥਿਤੀ ਰਹੇਗੀ ਕਾਂਗਰਸ ਦੀ, ਕਿਉਂਕਿ ਇੱਕ ਪਾਸੇ ਆਮ ਆਦਮੀ ਵੀ ਹੈ ਅਤੇ ਦੂਸਰੇ ਪਾਸੇ ਕਾਂਗਰਸ ਹੈ ਅਤੇ ਅਕਾਲੀ ਦਲ ਵੀ ਇਸ ਵਾਰ ਵੱਖ ਲੜ ਰਹੇ ਹੈ ਅਤੇ ਬੀਜੇਪੀ ਵੀ ਵੱਖ ਲੜ ਰਹੀ ਹੈ? ਕਿਉਂਕਿ ਅਸੀਂ ਸਾਰੀਆਂ ਸੀਟਾਂ ਜਿੱਤਾਂਗੇ ਕੋਈ ਗੱਲ ਨਹੀਂ, ਪੂਰੇ ਆਸ ਵੱਲ ਬਹੁਤ ਵਧੀਆ ਲੋਕਾਂ ਨੂੰ ਲੜ ਰਹੇ ਮੈਂ ਜਿੰਨੀਆਂ ਵੀ ਸੀਟਾਂ ਦੇ ਜਿੰਨੇ ਹਰ ਇੱਕ ਜਗ੍ਹਾ 'ਤੇ ਵਧੀਆ। ਜੇ ਗੱਲ ਕੀਤੀ ਜਾਵੇ ਕਿ ਇੱਕ ਪਾਸੇ ਤੁਸੀਂ ਇਲਜ਼ਾਮ ਲਗਾ ਰਹੇ ਹੋ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਿ ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਵਿੱਚ ਆਮ ਆਦਮੀ ਪਾਰਟੀ ਨਹੀਂ ਕਰਵਾਇਆ ਸੀ, ਪਰ ਅਗਰ ਗੱਲ ਇੰਡੀਆ ਗਠਬੰਧਨ ਦੀ ਕੀਤੀ ਜਾਵੇ ਤਾਂ ਉੱਥੇ ਤਾਂ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਇੱਕ ਨਜ਼ਰ ਆ ਰਹੀ ਹੈ। ਮੇਰੀ ਇਲਜ਼ਾਮ ਲਾਉਣ ਦੀ ਕਿੱਥੋਂ ਮਤਲਬ ਗੁਜਾਇਸ਼ ਰਹੇਗੀ? ਸਰਕਾਰ ਤਾਂ ਖੁਦ ਸੁਪਰੀਮ ਕੋਰਟ 'ਚ ਖੁਦ ਮੰਨੀ ਜਾਂਦੀ ਹੈ ਵੀ ਅਸੀਂ ਸਕਿਉਰਟੀ ਵਿਦਡਰਾ ਕੀਤੀ ਤਾਂ ਸਿੱਧੂ ਮੂਸੇਵਾਲਾ ਮਾਰਿਆ ਗਿਆ। ਮੇਰੇ ਤਾਂ ਕਹਿਣ ਦੀ ਗੱਲ ਹੀ ਨਾ ਰਹੀ, ਹੁਣ ਤਾਂ ਸਰਕਾਰ ਨੇ ਖੁਦ ਹੀ ਉਹਨਾਂ ਦੇ AG ਨੇ ਜਾ ਕੇ ਸੁਪਰੀਮ ਕੋਰਟ 'ਚ ਹਲਫਨਾਮਾ ਹੀ ਦਿੱਤਾ, ਇਹ ਤਾਂ ਗੱਲ ਹੀ ਕਲੀਅਰ ਹੋ ਗਈ। ਬਸ ਕੀ ਲੱਗਦਾ ਕਿ ਇਸ ਵਕਤ ਐਕਸ਼ਨ ਕਿਉਂ ਨਹੀਂ ਹੋ ਪਾ ਰਿਹਾ? ਦੇਖੋ ਸਰਕਾਰ ਦੇ ਵੱਲੋਂ ਨਲਾਇਕੀ ਕੈਸੇ ਲੈਣੇ, ਦੋ ਸਾਲ ਹੋ ਗਏ ਹਾਲੇ ਤੱਕ ਚਾਰਜ ਫਰੇਮ ਨਹੀਂ ਹੋਇਆ, ਦਰ ਦਰ ਦੇ ਭਟਕਦੇ ਫਿਰਦੇ। ਇੱਕ ਹਥਿਆਰਾ ਜੇਲ੍ਹ 'ਚ ਹੈ, ਇੱਕ ਵਿਦੇਸ਼ ਦੇ ਵਿੱਚ ਹੈ, ਏਜੰਸੀਆਂ ਜ਼ਰੂਰ ਲੱਗੀਆਂ ਹੋਈਆਂ ਨੇ ਸਾਰੇ ਹੀ ਵੀਰ, ਜਿਹੜੇ ਬੰਦੇ ਡਾਊਟਫੁੱਲ ਵੀ ਹੈ ਜਿਹੜਿਆਂ ਨੂੰ ਮੈਂ ਨਾਮਜ਼ਦ ਕੀਤਾ ਚਾਰ ਪੰਜ ਬੰਦੇ, ਸਾਰੇ ਪਕੌੜੇ ਖਾ ਕੇ ਮਿਲ ਜਾਂਦੇ ਪੁਲਿਸ ਕੋਲ ਆ ਕੇ, ਕਿਸੇ ਨੂੰ ਪੁੱਛਦੇ ਨਹੀਂ। ਥੈਂਕ ਯੂ।